ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਆਪਣੇ ਖੋਨੇ ਵਲੌਗ ਦੇ ਵਿੱਚ ਕਿੱਦਾਂ ਠੀਕ ਆ ਠੀਕ ਆ ਉਹ ਆ ਗਈ ਲੈ ਅਸੀਂ ਕਿੰਨੇ ਟਾਈਮ ਦੀ ਵੇਟ ਕਰਦੇ ਸੀ ਪਤਾ ਹਾਂ ਫਿਰ ਟ੍ਰੈਫਿਕ ਇੰਨਾ ਸੀ ਟ੍ਰੈਫਿਕ ਜਾਮ ਥਾ ਲੈ ਜੀ ਪੀਜ਼ਾ ਆ ਗਿਆ ਚਿਕਨ ਵੀ ਲਿਆਓ ਤੇ ਕਿਹੜਾ ਕੁੱਕ ਕਰੀਏ ਆ ਗਿਆ ਉਹ ਆ ਗਿਆ ਗਰਚਾ ਗਰਚਾ ਬਰੋਜ਼ ਵਾਲਿਆਂ ਦੇ ਇੱਕ ਦਿਨ ਕਿਸੇ ਬਾਈ ਦਾ ਕਮੈਂਟ ਕੀਤਾ ਹੈ ਕਹਿੰਦਾ ਬਾਈ ਤੁਸੀਂ ਖੜੇ ਸੀਗੇ ਗਰਚਾ ਬਰੋਜ਼ ਵਾਲਿਆਂ ਦੇ ਕਹਿੰਦਾ ਚਿਕਨ ਲੈਣਾ ਆਇਆ ਕਹਿੰਦੇ ਓਏ ਲੈ ਵੀ ਉਹਨਾਂ ਦਾ ਵੈਜ ਸਰਾ ਹੀ ਕਰਾਤਾ ਵੈਜ ਵੀ ਲਿਆਂਦਾ ਓੜੇ ਤੂੰ ਨਾ ਖਾਈ ਵੈਜ ਇਹ ਤੂੰ ਨਹੀਂ ਖਾ ਸਕਦਾ ਇਹ ਤੇਰੇ ਲਈ ਨਹੀਂ ਚਾਚੀ ਨੇ ਤਾਂ ਕੋਈ ਖਾਣਾ ਨਹੀਂ ਮੰਮੀ ਖਾ ਲਊ ਤੇਰੀ ਮੰਮੀ ਖਾ ਲੂਗੀ ਓ ਯਾਰ ਖਾ ਲੈਣਗੇ ਲਿਆਂਦਾ ਕਿਉਂ ਆੜੀ ਫਿਰ ਚਿਕਨ ਖਾਈ ਜਾਂਦਾ ਚਿਕਨ ਵੀ ਖਾਵਾਂਗੇ ਕੁਝ ਨਹੀਂ ਹੈਗਾ ਇਹਦੇ ਚ ਮੈਂ ਵੀ ਖਾਵਾਂ ਚਿਕਨ ਹੈਗਾ ਪਨੀਰ ਆ ਇੱਕ ਕੁੱਕੀ ਤਾਂ ਬ੍ਰੈਡ ਖਾ ਕੇ ਦੇਖ ਕਿਵੇਂ ਆ ਇਹ ਆ ਗਿੱਲਾ ਜਗਾ ਤੂੰ ਉੱਚੀ ਉਹ ਲਾਇਆ ਹੋਇਆ ਇਹਨੂੰ ਬਟਰ ਲਾਇਆ ਹੋਇਆ ਮੂੰਹ ਮੇ ਪਾਣੀ ਆਇਆ ਨਹੀਂ ਆਇਆ ਕਿਉਂ ਨਹੀਂ ਆਇਆ ਮੈਂ ਵੀ ਇੱਥੇ ਖਾਂਗਾ ਇੱਥੇ ਬੈਠ ਨਹੀਂ ਜਾਵੇ ਜਾਂ ਫਿਰ ਕੁਝ ਨਾਲ ਹੁੰਦਾ ਨਹੀਂ ਇਸ ਡਬਲ ਪੀਜ਼ਾ ਖਾਊਗਾ ਹੈ ਖਾ ਲਾ ਕੋਈ ਨਾ ਮੰਮਾ ਦੇ ਵੈਜ ਵੀ ਰੱਖਤਾ ਵਿੱਚ ਤੇ ਪਨੀਰ ਟਿੱਕਾ ਟਿੱਕਾ अपनी जीप उधर दी हुण वीक हो गया आपां चलाई नहीं बहुत घट चलाई आ क्योंकि कम ते सीगे है ना सारी कम ते हुंदे फिर चलाउणी कीने आ ते बाकी हुण चलावांगे हुण तिन दिन आपां बिल्ली आ हुण तिन दिन बस जीप च ही रहना हुण आपां ਤੇ ਬਲੌਗ ਦੇਖ ਦਿਆਂਗੇ ਸ਼ਾਇਦ ਕੋਈ ਟ੍ਰਿਪ ਮਾਰੀਏ ਚੱਲਦੇ ਹਾਂ ਆਪਾਂ ਪਿੱਛੇ ਤੇ ਬਾਰਬੀਕਿਊ ਕਰਦੇ ਹਾਂ ਕੀ ਹੋ ਗਿਆ ਥੱਲੇ ਡਿੱਗ ਪਿਆ ਸੀਗਾ ਹਾਂ ਮੈਂ ਟੋਕਿਓ ਨਹੀਂ ਆ ਉਹ ਬ੍ਰੈਡ ਆ ਹੋ ਕੈਂਡੀ ਥੋੜੀ ਆ ਕੈਂਡੀ ਦਾ ਟੋਕੇ ਦੇਖਿਓ ਬ੍ਰੈਡ ਟੋਕੇ ਲੈ ਕੇ ਆਉਗੀ ਹੁਣ ਤੂੰ ਵੀ ਟੋਕੇ ਖਾਵੇਂਗੀ ਹੈ ਟੋਕੇ ਖਾਵੇਂਗਾ ਤੂੰ ਵੀ ਓ ਮਾਈ ਗੋਡ ਹੁੱਡੀ ਪਾਲੀ ਕੀ ਗੱਲ ਹੋ ਗਈ ਡੈਡੀ ਠੰਡ ਲੱਗਣ ਲੱਗੀ ਯਾਰ ਠੰਡ ਲੱਗਣ ਲੱਗੀ ਜੋਰੇ ਹਾਂ ਠੀਕ ਹੋ ਗਿਆ ਜੋਰੇ ਮੇਰੇ ਨੇ ਕੀ ਹੋ ਗਿਆ ਟੋਕੇ ਆ ਗਈ ਟੋਕੇ ਆ ਗਈ ਹਾਂ ਖਾ ਲਾ ਹੁਣ ਠੀਕ ਹੋ ਗਿਆ ਹੈ ਹਾਂ ਖਾ ਲਾ ਮੈਂ ਨਹੀਂ ਖਾਣਾ ਬਸ ਤੂੰ ਖਾ ਲਾ ਤੂੰ ਖਾ ਲਾ ਤੂੰ ਵੀ ਮਿੱਟੀ ਸੱਤ ਹੋਗੀ ਨਹੀਂ ਨਹੀਂ ਸਿੱਟਣਾ ਨਹੀਂਗਾ ਹਲੇ ਨਹੀਂ ਮੈਂ ਹਾਂ ਪਪਾ ਨੂੰ ਤੋ ਲੋ ਜੀ ਆ ਰੈਡੀ ਹੋ ਗਿਆ ਕਹਿੰਦੇ ਓਕੇ ਰਿਪੋਰਟ ਹੈ ਨਾ ਇਹ ਵੀ ਮੇਰਾ ਕੁੱਕ ਤੇਰਾ ਕੁੱਕ ਤੂੰ ਮੇਰੇ ਪੈਪਸੀ ਕੋਕ ਆ ਬਿਕਸ ਤੂੰ ਪੈਪਸੀ ਪਾਤਾ ਮੈਂ ਹਾਂ ਇਹਨੇ ਕੋਕ ਪਾਉਂਦੀ ਸੀਗੀ ਇਹ ਮੈਂ ਪੈਪਸੀ ਪੀਣਾ ਉਹਨਾਂ ਤੇ ਮੈਂ ਪੈਪਸੀ ਪਾਤਾ ਕੋਕ ਦੇ ਵਿੱਚ ਹੁਣ ਮਿਕਸ ਹੋ ਗਿਆ ਪੈਪਸੀ ਕੋਕਾ ਕੋਲਾ ਕੋਕਾ ਪੈਪਸੀ ਬਣ ਗਿਆ ਹਾਂਰੇ ਇਹ ਖਾਊਗਾ ਪੀਜ਼ਾ ਨਾਲ ਕੰਬਲ ਲੈ ਕੇ ਆਇਆ ਕਹਿੰਦਾ ਮੈਨੂੰ ਠੰਡ ਲੱਗਦੀ ਆ ਇਹਦਾ ਪੈਪਸੀ ਆ ਹੈ ਮੰਜੇ ਨੂੰ ਇੰਗਲਿਸ਼ ਕੀ ਕਹਿੰਦੇ ਆ ਮੰਦਾ ਆ ਕੀ ਸੀ ਇਹ ਹੱਥ ਜਗ੍ਹਾ ਤੇ ਕਰ ਦਿੰਦਾ ਮੰਦਾ ਕਹਿੰਦੇ ਆ ਹਾਂ ਇਹਦਾ ਪਤੰਦਰ ਕੱਲਾ ਬੈਠੂਗਾ ਆ ਕਿਉਂ ਖੇਸ ਲੈ ਲੈ ਠੰਡ ਲੱਗਦੀ ਆ ਲੋ ਜੀ ਡਿਨਰ ਅਸੀਂ ਕਰ ਲਿਆ ਤੇ ਬਾਕੀ ਆ ਜੋ ਰੇ ਸ਼ਾਵਰ ਲੈ ਲੈਂਦੇ ਹਾਂ ਆ ਦੇ ਕਹਿੰਦੇ ਬਾਲ ਦੇ ਕੁਝ ਕਹਿਣਾ ਹੈਗਾ ਹੈਲੋ ਆਜਾ ਉਹ ਵੱਜ ਗਿਆ ਕੱਲ ਨੂੰ ਹੈਗਾ ਫਰਾਈਡੇ ਕੱਲ ਨੂੰ ਵੀ ਜਾਣਾ ਕੰਮ ਤੇ ਸੈਚਰਡੇ ਸੰਡੇ ਆਪਾਂ ਹੈਗੇ ਬਿੱਲੀ ਅਸੀਂ ਨਾ ਬਿੱਲੀ ਬੈਠੇ ਸੀਗੇ ਤੇ ਅਸੀਂ ਆ ਕਾਰਡਬੋਰਡ ਨੂੰ ਕੱਟਤਾ ਤੇ ਇਧਰੋਂ ਦੇਖੀ ਜੋਰੇ ਰੋਬੋਟ ਆ ਗਿਆ ਦੇਖ ਲੈ ਉਹ ਵੱਜ ਗਿਆ ਓਏ ਮਗਰ ਕੀ ਲਾਇਆ ਹੋਇਆ ਮਗਰ ਦੋ ਬਟਨ ਲੱਗੇ ਰੋਬੋਟ ਆ ਦੇਖੋ ਕਿੰਨਾ ਗੰਦ ਪਾਇਆ ਇਕੱਠਾ ਕਰਨਾ ਉਹਨੇ ਰੋਬੋਟ ਆਦੀ ਸ਼ਕਲ ਤਾਂ ਦਿਖਾ ਦੇ ਇੱਕ ਵਾਰ ਚੱਕੀ ਅੱਛਾ ਉਹ ਪਾਇਆ ਹੋਇਆ ਹੈ ਬਾਹਾਂ 'ਚ ਪਾਇਆ ਹੋਇਆ ਤੇ ਪਾਲਾ ਕੋਈ ਨਾ ਅੱਛਾ ਇੱਥੋਂ ਟੁੱਟ ਗਿਆ ਕੋਈ ਨਾ ਤਾਂ ਠੀਕ ਕਰ ਲਾਂਗੇ ਆਪਾਂ ਹੈਲੋ ਸਤਿ ਸ਼੍ਰੀ ਅਕਾਲ ਰੋਬਟ ਵਾਂਗੂ ਬੋਲ ਕੇ ਤਾਂ ਦਿਖਾ ਦੇ ਰੋਬਟ ਵਾਂਗੂ ਬੋਲ ਹੀ
हाँ जी अज है दूजा दिन तो पिका साफ कर लगे हुए सी मैट दे कट के रख दे इत्थे पिका अपना साफ हो गया अंदरों तो बहरों हजे करन की लोड़ नहीं आ लाए मैं पिछला साफ किया अपने को जिहड़ा है ना जिहदे नाल आपां वॉश कर दिंदे आ मुक गया यार अज तो मैं उहदे करके नहीं किया फिर मैं चरीटा पैंदे ने कपड़े नाल लाए तो फिर हुण बाद चो करांगे बाकी जीप अपनी गई हुई है वह भी मैं वॉश वही आपां उहदे लाए लुए साफ करते सीगे तो करो चैक गलबात ला आ गई जीप नहीं आ गई आ गई आ देख जीप आ गई अपनी देखो तुसी कैंट ला देना लाए चमकाते जावां असीं बाकी इहनूं बाहर कढ़ता हुण मैं ते अपना हो गया इहनूं उत्थी ला दिओ वैक्यूम कर तरना इतने बैक करके ला दी बारे देखिए कोई साइड वॉक तो नहीं आता इतने बंदे का तो बड़ा ध्यान रखना पैंदा कुर्सी पई है मगर ठीक है बाकी इतने जीप खड़ जानी आके थोड़े होर उधर कर दी थोड़ा होर परे करता अपना तो जो मैट सुके तो फिर मैट धर दें तो कलू आप जाना ट्रिप पर तो आप तैयारियां करिए आज करिए फिर तैयारियां तो कलू देखते हैं किसी पास पहला तो कैलगरी जाना सीगा पर कैलगरी हो गया कैंसल पहला तो कैलगरी जाना सीगा पर कैलगरी हो गया कैंसल क्योंकि कैलगरी का फिर एक रात रहना भी पैना उ है ना तो वो करके फिर सैचरडे तो संडे ही अपने को फिर संडे मुड़ के आके संडे रेस्ट करनी होंगी मंडे को फिर काम पर जाना तो लैट्स डू तैयारी आप जो समान समून वो रख लीए पहला तो आप आ रखी ये पाइए आप कुक कुक सारे है ना पा पू के रेडी कर दी है कलू रज जो खाण पीन मतलब रज जो लौड़ पू ना तो फिर आप जो कड़ कड़ के पी जावे आ भी लै चलेंगे नाल देखो इंडिया वाले लेज पर इतने लेज होर तरीके देने कोकू कट के चो पा लिए थोड़े जे जीरो शुगर आ तो खत्म हो गया लगता मैं ये चुप तेरी थानू होर गल दसदा जो कोक थले डिग जाता ना हूँ इन्हें ब्लास्ट हो जाने थले डिग के सारे कितने कोक ही कोक हो जाने पहला मैं तो दो तीन बार हो जाएगा लो जी आप इन्ने कोक पाते अद्धा अद्धा क्रेट खाली करता रख दें आप साइड पर इत ही रख दें तो जो कलू हूँ जो लैके जाना है ना धरना होगा गड्डी के आप आइस पा के नाल धर लाँगे कह धर लाँगे इदा ही धर लाँगे थोड़े जो रह गए अच्छा रख दें इत बाकी सी यू गाइस लेटर तो हूँ मैं जाना अंदर तो मेरे को पिके की चाबी है ना जो मैं पिके के कोले जाना तो जी वो लाइटा मचे बनिया देखो ले ग्रेट फीचरस तो अपना वैक्यूम आ अपने घर ही है ना इत प्लग हो जाता है ठीक है तो आप इतना प्लग करके इतों आप सोच दब देनी तो चल पा बस जी आप फिर इतने गड्डी लवे करके वैक्यूम कर लीजा गराज डोर बंद कर दी है चेयर अंदर चकनी रह गई यार चेयर चक रही है चेयर चक दवा हूँ आप गराज डोर बंद कर सकते हैं पजोरा भी आ गया किदा फिर लो जी जीप तो पिका दोनों आके खड़ चुके जुरे आ जा देखो तुम उरे देख ला एक ला दिया पर एको जे नहीं है जी टी दे अपने दूजे आ गए कहते होंगे इंडिया च बड़े चले सके फ्यूल दे हाँ फ्यूल दे लाए हाँ जी मित्रों
ਤੇ ਬਸ ਹੁਣ ਬੈਠੇ ਸੀਗੇ, ਮੈਂ ਨੈਟਫਲਿਕਸ ਦੇਖਦਾ ਸੀਗਾ ਬੈਠਾ, ਨੈਟਫਲਿਕਸ ਐਂਡ ਚਿੱਲ, ਅਤੇ ਬਾਕੀ ਇੰਡੀਆ ਨੂੰ ਜਾਣਾ ਸੀ ਯਾਰ, ਹੈ ਨਾ, ਅਤੇ ਇੰਡੀਆ ਹੁਣ ਬੰਦ ਕਰਤਾ ਹੈ ਨਾ, ਹੁਣ ਆਹ ਕੈਨੇਡਾ ਤੋਂ ਇੰਡੀਆ ਵੀ ਨਹੀਂ, ਇੰਡੀਆ ਤੋਂ ਕੈਨੇਡਾ ਟਰਾਂਸਪੋਰਟ ਤਾਂ ਚੱਲਦੀ ਆ, ਪਰ ਈ ਵੀਜ਼ੇ ਅਤੇ ਹੋਰ ਚੀਜ਼ਾਂ ਨਾ ਸਾਰੇ ਕੰਮ ਖੜ੍ਹ ਗਏ ਆਗੇ, ਅਤੇ ਬਾਕੀ ਦੇਖਦੇ ਹਾਂ, ਹੁਣ ਜਾ ਨਹੀਂ ਸਕਦੇ ਜਿੰਨਾ ਚਿਰ ਹਾਲਾਤ ਠੀਕ ਨਹੀਂ ਹੁੰਦੇ, ਅਤੇ ਬਾਕੀ ਚਲੋ ਵਲੋਗ ਨੂੰ ਕਰਦੇ ਹਾਂ ਇੱਥੇ ਐਂਡ, ਮੈਂ ਤੁਹਾਨੂੰ ਵਧੀਆ ਲੱਗਿਆ ਹੋਣਾ ਗਾ, ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਕੱਲ੍ਹ ਨੂੰ ਜਾਵਾਂਗੇ, ਕੱਲ੍ਹ ਨੂੰ ਟ੍ਰਿਪ ਮਾਰ ਦਿਆਂਗੇ, ਦੇਖਦੇ ਹਾਂ ਜੀਪ 'ਤੇ ਚੱਲਾਂਗੇ, ਅਤੇ ਜੀਪ 'ਚ ਫਨ ਕਰਾਂਗੇ ਪੂਰਾ, ਹੈ ਨਾ, ਅਤੇ ਓਕੇ ਬਾਏ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਆਪਣਾ ਸੈਕਿੰਡ ਚੈਨਲ ਆ ਜਿਹੜਾ, ਉਹਦੇ ਵਿੱਚ ਮੈਂ ਵਲੋਗ ਪਾਊਂਗਾ, ਅਤੇ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ, ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਮੈਂ ਲਿੰਕ ਦੇ ਦਾਂਗਾ, ਅਤੇ ਓਕੇ ਬਾਏ ਬਾਏ ਗਾਈਜ਼।